بسم اللہ الرحمن الرحیم تمام دوست میرے بھائی میرے چینل اے سب دوستاں نو میری طرفوں اسلام علیکم امید ہے سب دوست خیریت میں ہوں گے تو بھائی میرے میرے دوست ہے نا چوہری بابر صاحب دیپالپور شہر دے بہت ہی اچھے دوست نے میرے بھائی نے تے انہاں نے مینوں کال کر کے دسیا سی کہ اے جڑی میں 68 دی پیچھے ویڈیو لائی ہے نا اے کسے ہور دوست نے ملائی ہوئی سی ਅੱਲਾ ਦੀ ਜ਼ਾਤ ਜਾਣਦੀ ਏ ਕਿ ਅੱਜ ਤੱਕ ਕਿਸੇ ਦੀ ਵੀ ਨਕਲ ਕਰਕੇ ਆਪਣੀ ਐਫੀਸੈਂਸੀ ਨਹੀਂ ਕੀਤੀ ਕਿਉਂਕਿ ਆਪਣੀ ਮਿਹਨਤ ਕਰਕੇ ਆਪਣੀ ਕੋਸ਼ਿਸ਼ ਕਰਕੇ ਆਪਣੀ ਰਿਸਰਚ ਕਰਕੇ ਚੀਜ਼ ਦੋਸਤਾਂ ਦੇ ਸਾਹਮਣੇ ਰੱਖੀ ਦੇ ਦੋਸਤਾਂ ਦੇ ਸਾਹਮਣੇ ਆਪਣੀ ਮਿਹਨਤ ਕਰਕੇ ਰੱਖੀ ਦੀਏ ਤੇ ਗੈਬ ਦਿਲਾ ਮੁਤੱਲਾ ਦੀ ਜ਼ਾਤ ਕੋਲ ਹੁੰਦਾ ਹੈ ਆਪਣਾ ਕੰਮ ਸੀ ਕੋਸ਼ਿਸ਼ ਕਰਨੀ ਰਿਸਰਚ ਕਰਨੀ ਐ ਬੈਕ ਆਕੜਾ ਕਿਉਂਕਿ ਸਾਡੇ ਦੋਸਤ ਨੇ ਕਿਹਾ ਕਿ ਪਹਿਲੇ ਵੀਡੀਓ ਲੱਗੀ ਹੋਈ ਸੀ ਇਹ ਸਾਡਾ ਨੀਜੇ ਯਾਰ ਨਾ ਮੇਰੇ ਕੋਲ ਸਿੰਗਲ ਓਪਨ ਵੀ ਹੈਗਾ ਸਿੰਦੇ ਨਾਲ ਸਿੰਗਲ ক্লোਜ਼ ਵੀ ਆਇਆ ਸੀ ਲੇਕਿਨ ਇਹ ਬੈਕ ਆਕੜਾ ਸਾਡਾ ਨਹੀਂ ਜੇ ਠੀਕ ਹੈ ਕਿਉਂਕਿ ਮੈਨੂੰ ਇਲਮ ਨਹੀਂ ਸੀ ਨਾ ਮੈਂ ਕਦੀ ਕਿਸੇ ਦੀ ਵੀਡੀਓ ਵੇਖੀ ਨਾ ਹੀ ਮੈਨੂੰ ਪਤਾ ਸੀ ਮੈਂ ਆਪਣੇ ਰੂਟ ਬਣਾ ਕੇ ਇਹ ਬੈਕ ਆਕੜਾ ਲਾਇਆ ਲੇਕਿਨ ਮੇਰੇ ਦੋਸਤ ਨੇ ਕਿਹਾ ਕਿ ਪਹਿਲੇ ਵੀਡੀਓ ਲੱਗੀ ਹੋਈ ਸੀ ਇਹਨੂੰ ਛੋਡੋ ਸਾਡਾ ਬੈਕ ਆਕੜਾ ਇੱਥੇ ਆਏਗਾ ਜੀ ਜੋ ਸਾਡੇ ਕੋਲ ਬੈਕ ਆਕੜਾ ਹੈ ਨਾ ਇੱਥੇ ਆਏਗਾ ਸਿੰਗਲ ਓਪਨ ਸਿੰਗਲ ਕਲੋਜ਼ ਸਿੰਗਲ ਬੈਕ ਆਕੜਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਤੇ ਮਾਫ਼ਰਤ ਯਾਰ ਜਿਹੜੇ ਦੋਸਤ ਨੇ ਵੀ ਇਹ ਵੀਡੀਓ ਪਹਿਲੇ ਲਾਈਏ ਤੇ ਉਸ ਤੋਂ ਬਾਅਦ ਮੈਂ ਲਾਈਏ ਇਸ ਚੀਜ਼ ਦੀ ਮਾਫ਼ਰਤ ਹੈ ਯਾਰ ਲੇਕਿਨ ਮੈਨੂੰ ਇਲਮ ਨਹੀਂ ਸੀ ਇਹ 15 ਤਰੀਕ ਦਾ ਡਰਾ ਹੈ ਯਾਰ ਫੈਸਲਾਬਾਦ ਸ਼ਹਿਰ ਵਾਸਤੇ ਤੇ ਇਹ ਮੈਂ ਆਪਣੇ ਦੋਸਤਾਂ ਨੂੰ ਇਹ ਥਾਈਲੈਂਡ ਲੋਟਰੀ ਦਾ ਨਾ ਇਹ ਮੇਰਾ ਚੈਨਲ ਹੈਗਾ ਪੀ ਕੇ ਪ੍ਰਾਈਸ ਬੌਂਡ ਪੀ ਕੇ ਪ੍ਰਾਈਸ ਬੌਂਡ ਅੰਦੇ ਤੇ ਮੈਂ THAILAND ਲੋਟਰੀ ਦੀ ਵੀਡੀਓ ਲਾ ਰਿਹਾ ਮੇਰੇ ਦੋਸਤਾਂ ਨੂੰ ਇਹ ਹਰ ਵੀਡੀਓ ਚ ਮੈਂ ਦੱਸਣਾ ਤੇ ਜਿਹੜੀ ਪਿਛਲੀ ਵੀਡੀਓ ਕਿਸੇ ਦੀ ਯਾਰ ਐਸੀ ਲੇਕਿਨ ਸਾਨੂੰ ਇਸ ਚੀਜ਼ ਦੇ ਇਲਮ ਨਹੀਂ ਸੀ ਤੇ ਮਾਜ਼ਰਤ ਹੈ ਇੱਥੇ ਬੈਕ ਆਕੜਾ ਆਪਣਾ ਲਿਖਾਂਗਾ ਆਪਣੀ ਮਿਹਨਤ ਦਾ ਆਪਣੇ ਰਿਸਰਚ ਦਾ ਉਹ ਵੀ ਮੇਰੀ ਮਿਹਨਤ ਸੀ ਲੇਕਿਨ ਇਹ ਕਿ ਸਭ ਤੋਂ ਪਹਿਲੇ ਜਿਹਨੇ ਲਾਇਆ ਮਿਹਨਤ ਉਹਦੀ ਗਿਣੀ ਜਾਂਦੀ ਏ ਮੇਰੀ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਬੈਕ ਆਕੜਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਸਿੰਗਲ ਓਪਨ ਸਿੰਗਲ ਕਲੋਜ਼ ਅਗਰ ਮੇਰੀ ਵੀਡੀਓ ਲਾਵਨ ਤੋਂ ਕਿਸੇ ਦੀ ਦਿਲ ਅਜ਼ਾਰੀ ਹੋਈ ਹੈ ਤਾਂ ਮਾਜ਼ਰਤ ਯਾਰ ਇਲਮ ਨਹੀਂ ਐਸੀ ਕਿ ਕਿਸੇ ਨੇ ਰੂਟ ਲਾਇਆ ਹੋਇਆ ਹੈ ਮੇਰੇ ਕੋਲ ਤਕਰੀਬਨ 3 ਮਹੀਨੇ ਪਹਿਲੇ ਦਾ ਲਿਖਿਆ ਹੋਇਆ ਸੀ ਕਿ ਯਾਰ ਆ ਮੈਂ ਵੀਡੀਓ ਲਾਵਾਂਗਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ ਲੇਕਿਨ ਉਹ ਆਪਣਾ ਨਹੀਂ ਅੱਜ ਦੀ ਵੀਡੀਓ ਮੇਰੇ ਦੋਸਤਾਂ ਨੇ ਬੜੇ ਅੱਛੇ ਤਰੀਕੇ ਨਾਲ ਬੜੇ ਖਾਸ ਤਰੀਕੇ ਨਾਲ ਵੇਖਣੀ ਹੈ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆ ਸੀ ਅੱਛੀ ਕੋਸ਼ਿਸ਼ ਅੱਛੀ ਰਿਸਰਚ ਅੱਛੀ ਮਿਹਨਤ ਆਪਣੇ ਦੋਸਤਾਂ ਦੇ ਸਾਹਮਣੇ ਰੱਖਣੀ ਹੈ ਇਹ ਯਾਰ ਨਾ 9 ਦਾ ਛੇਟਾ ਫਿੰਗਰ 1500 ਬਾਂਡ ਚ ਪਹਿਲੀ ਦਫਾ ਲੱਗਿਆ ਹੈ ਸਾਲ ਦੀ ਪਹਿਲੀ ਪੱਟੀ ਤੇ ਸ਼ਰਤ ਇਹ ਸੀ ਕਿ ਇਹੀ ਨੋ ਕਲੋਜ਼ ਲੱਗ ਜਾਵੇ ਅੱਗੇ ਜਾ ਕੇ ਇਹ ਵੀ ਲੱਗਿਆ ਇਹਦੀ ਸ਼ਰਤ ਸੀ ਕਿ ਇਹੀ ਨੋ ਉੱਠ ਕੇ ਓਪਨ ਲੱਗ ਜਾਵੇ ਇਹ ਲੱਗਿਆ ਅਗામੀ ਮੈਂ ਆਪਣੇ ਦੋਸਤਾਂ ਨੂੰ ਦੱਸ ਦੇਵਾਂ ਕਿ ਦੁਬਾਰਾ ਇਹ ਸੈਟ ਆ ਕੇ ਬਣਿਆ ਕਿ ਇਹ ਛੇਟਾ ਫਿੰਗਰ ਨੋ ਦਾ ਇਹੀ ਕਲੋਜ਼ ਲੱਗਿਆ ਇਹੀ ਉੱਠ ਕੇ ਅੱਗੇ ਓਪਨ ਲੱਗਿਆ ਦੂਸਰੀ ਦਫਾ ਅੱਜ ਤੀਸਰੀ ਦਫਾ ਇਹ ক্লোਜ਼ ਉਹ ਛੇਟਾ ਫਿੰਗਰ ক্লোਜ਼ ਲੱਗਿਆ ਇਹੀ ক্লোਜ਼ ਉੱਠ ਕੇ 200 ਬਾਂਡ ਦੇ ਵਿੱਚ ਓਪਨ ਲੱਗਿਆ ਐ ਸੈਟ ਸਿਰਫ ਤਿੰਨ ਵਾਰੀ ਬਣਿਆ ਹੈ ਤਵੱਜੂ ਕਰਨੀ ਯਾਰ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਅੱਲਾਹ ਬਿਹਤਰ ਜਾਣਦਾ ਯਾਰ ਲੱਭਣ ਵਾਲੇ ਹਰ ਜੋ ਦੋਸਤ ਰਿਸਰਚ ਕਰਦਾ ਹੈ ਮਿਹਨਤ ਕਰਦਾ ਹੈ ਇਹ ਗਰਾਫ ਹੈ ਇਹ ਸਮੁੰਦਰ ਹੈ ਤੇ ਇਹਦੇ 'ਚ ਉਹ ਹਰ ਕੋਈ ਲੱਭ ਸਕਦਾ ਹੈ ਯਾਰ ਜੋ ਕੋਸ਼ਿਸ਼ ਕਰੇਗਾ ਉਹਨੂੰ ਚੀਜ਼ ਲੱਭ ਜਾਏਗੀ ਲੇਕਿਨ ਅੱਜ ਦੀ ਮਿਹਨਤ ਮੇਰੇ ਦੋਸਤਾਂ ਨੇ ਅੱਛੇ ਤਰੀਕੇ ਨਾਲ ਵੇਖਣੀ ਹੈ ਕਿਆ ਯਾਰ ਜਦੋਂ ਪਹਿਲੀ ਦਫਾ ਲੱਗਿਆ ਨਾ ਐ ਮੈਂ ਰੂਟ ਕਾਫੀ ਦਫਾ ਬਖਾਇਆ ਵੀ ਹੈ ਮੇਰੇ ਦੋਸਤਾਂ ਨੂੰ ਪਤਾ ਵੀ ਇਸ ਚੀਜ਼ ਦਾ ਐਂਡ ਨੋ ਕਲੋਜ਼ ਲੱਗੇ ਅੱਗੇ ਜਾ ਤੇ ਓਪਨ ਲੱਗਿਆ ਇਹਦੇ ਥੱਲੇ ਇੱਕ ਫੈਮਿਲੀ ਦਾ ਆਕੜਾ ਲੱਗਣਾ ਸੀ ਇੱਕ 6 ਨੇ ਆਕੜਾ ਲਾਣਾ ਸੀ ਉਥਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲੱਗਣਾ ਸੀ ਐ ਸੈਂਟਰ ਦੀ ਬਾਕੀ ਸਿੱਧਾ ਜਾ ਕੇ ਅੱਗੇ ਸੈਂਟਰ ਲੱਗਣਾ ਸੀ ਐ 6 ਦਾ ਲੱਗਿਆ 4 ਦੀ ਬਕਾ 6 ਇਸ 9 ਦੇ ਫਿਗਰ ਦੀ ਇੰਨਾ ਤੱਕ ਕਹਾਣੀ ਹੈਗੀ ਏ ਅਗਰ ਸੁਣਾਵਾਂ ਦਾ ਤਾਂ ਬਹੁਤ ਲੰਮੀ ਵੀਡੀਓ ਬਣ ਜਾਏਗੀ ਮੈਂ ਸ਼ਾਰਟਕਟ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਰਿਹਾ ਐ ਨੋ ਲੱਗਿਆ ਯਾਰ ਥੱਲੇ ਇੱਕ 6 ਨੇ ਅਗੜਾ ਬਣਾਣਾ ਸੀ ਉਤਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲੱਗਣਾ ਸੀ ਇਹ ਸੈਂਟਰ ਦੀ ਬਾਕੀ ਅੱਗੇ ਜਾ ਕੇ ਸੈਂਟਰ ਲੱਗਣਾ ਸੀ ਯਾਰ ਦੂਸਰੀ ਪੱਟੀ ਦੇ ਵਿੱਚ ਐ ਥੱਲੇ ਇੱਕ ਫੈਮਿਲੀ ਦਾ ਅਗੜਾ ਲੱਗਣਾ ਸੀ ਇੱਕ 6 ਨੇ ਅਗੜਾ ਲਾਣਾ ਸੀ ਉਤਲੇ ਸੈਂਟਰ ਦੀ ਬਾਕੀ ਥੱਲੇ ਸੈਂਟਰ ਲੱਗਣਾ ਸੀ ਇਹ ਸੈਂਟਰ ਦੀ ਬਾਕੀ ਅੱਗੇ ਜਾ ਕੇ ਸੈਂਟਰ ਲੱਗਣਾ ਸੀ ਤੇ ਲੱਗਿਆ ਯਾਰ ਫੇਰਾ ਕਿਹਾ ਸੈੱਟ ਬਣਿਆ ਇੱਥੇ ਮੈਂ ਆਪਣੇ ਦੋਸਤਾਂ ਦੇ ਨਾਲ ਜਿਸ ਤਰੀਕੇ ਨਾਲ ਨੇ 61 ਦਾ ਅਕੜਾ ਪਿਛਾ ਲਾਇਆ ਦੋ ਦਫਾ ਇੱਥੇ ਮੈਂ ਆਪਣੇ ਦੋਸਤਾਂ ਨੂੰ 61 6 ਦਾ ਪੈਕੇਟ ਦਿੱਤਾ ਸੀ ਉਤਲੇ ਸੈਂਟਰ ਦੀ ਬਾਕੀ ਕਿਹਾ ਸੀ ਲੱਗੇਗੀ ਇੱਥੇ 61 6 ਦੀ ਪੈਕੇਟ ਦਿੱਤੀ ਸੀ ਮੇਰੇ ਦੋਸਤਾਂ ਨੂੰ ਯਾਦ ਹੋਏਗਾ ਜੋ ਕਿ ਮੇਰੇ ਪੁਰਾਣੇ ਸਬਸਕ੍ਰਾਈਬਰ ਹੈਗੇ ਨੇ ਐ ਸੈਂਟਰ ਦੀ ਬਾਕੀ ਸੈਂਟਰ ਥੱਲੇ ਲੱਗਣਾ ਸੀ ਤੇ ਸੈਂਟਰ ਦੀ ਬਕਾਇਆ ਹੀ ਅੱਗੇ ਜਾ ਤੇ ਸੈਂਟਰ ਲੱਗਣਾ ਸੀ ਇਹ ਵੀ ਵੀਡੀਓ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਸਿੰਗਲ ਚਾਰ ਦੇ ਸੈਂਟਰ ਦੀ ਦੀ ਤੱਜ ਯਾਰ ਅਸੀਂ ਇਹ ਸਾਲ ਪੂਰਾ ਛੋੜ ਗਏ ਨਾ ਇਸ ਸਾਲ ਦੀ ਉਹਨੇ ਐਂਡ ਤੇ ਆ ਜਾਨੇ ਕਿਉਂਕਿ ਇਸ ਤੋਂ ਅੱਗੇ ਨੇ ਤਕਰੀਬਨ ਕੋਈ ਐਸਾ ਡਰਾ ਨਹੀਂ ਜਿਹੜੇ ਨੇ ਐਸ 9 ਤੇ ਐਸ 9 ਤੇ ਐਸ 9 ਤੋਂ ਪੁੱਛ ਕੇ ਨਹੀਂ ਲਾਇਆ ਪੁੱਛ ਕੇ ਲਾਇਆ ਲੇਕਿਨ ਮੈਂ ਸ਼ਾਰਟ ਕਟ ਵੀਡੀਓ ਬਣਾਣ ਲੱਗਿਆ ਕੱਜ ਅਸੀਂ ਦੇ ਆਖਰੀ ਸਾਲ ਪੱਟੀ ਤੇ ਖੇੜਨਾ ਹੈ ਇਹ ਜਦੋਂ ਲੱਗ ਜਾਣਾ ਐਸ ਸਾਲ ਛੱਡ ਕੇ ਅਗਲੇ ਸਾਲ ਦੀ ਆਖਰੀ ਪੱਟੀ ਤੇ ਅਸੀਂ ਡਰਾ ਕਰਨਾ ਹੈ 750 ਬੌਂਡ ਦੇ ਵਿੱਚ ਫੈਸਲਾਬਾਦ ਸ਼ਹਿਰ ਦਾ ਡਰਾ ਹੈ ਤਵੱਜ ਨਾਲ ਮੇਰੇ ਦੋਸਤਾਂ ਨੇ ਵੀਡੀਓ ਵੇਖਣੀ ਹੈ ਫੈਸਲਾਬਾਦ ਦਾ ਡਰਾਈ 15 ਤਰੀਕ 10ਵਾਂ ਮਹੀਨਾ ਸਾਲ 2024 ਨੂੰ ਨੇ ਤੇ ਐਪੀਕੇ ਪ੍ਰਾਈਜ਼ ਬੌਂਡ ਤੇ THAILAND ਲੋਟਰੀ ਦੇ ਵੀਡੀਓ ਲਾਈ ਹੋਈਆਂ ਨੇ ਇਹ ਵੀਡੀਓ ਕਾਫੀ ਦੋਸਤ ਕਮੈਂਟ ਕਰਕੇ ਕਹਿੰਦੇ ਨੇ ਕਿ ਯਾਰ ਤੂੰ ਵਿੱਚ THAILAND ਦਾ ਜ਼ਿਕਰ ਕਰਨਾ ਹੈ ਲੇਕਿਨ ਯਾਰ ਇਹ ਵੇਖੋ ਫੈਸਲਾਬਾਦ ਲਿਖਿਆ ਹੋਇਆ ਹੈ ਕਿ ਫੈਸਲਾਬਾਦ ਦੀ ਰੂਟੀਨ ਲਾਣਾ ਇਹ ਮੇਰਾ ਦੂਸਰਾ ਚੈਨਲ ਹੈ PF PK PRIZE BOND ਇੰਦੇ ਤੇ ਮੈਂ THAILAND ਲੋਟਰੀ ਦੀ ਵੀਡੀਓ ਲਾਣਾ ਕਮੈਂਟ ਵੀ ਇੱਕ ਦੋਸਤ ਨੇ ਕੀਤਾ ਯਾਰ ਇੰਨਾ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਨਾ ਕਿ ਵੀਡੀਓ ਕਿਹੜੇ ਗ੍ਰਾਫ ਤੋਂ ਬਣ ਰਹੀ ਹੈ ਅਗੇ ਬੈਕ ਦੀ ਗੱਲ ਹੋ ਰਹੀ ਸੀ ਕਿ ਕਿਸੇ ਦੀ ਸੀ ਯਾਰ ਅਸੀਂ ਆਪਣੀ ਵਖਾ ਦੇਨੇ ਆਪਣੇ ਦੋਸਤਾਂ ਨੂੰ ਕਿਉਂਕਿ ਮੈਂ ਦੋ ਦੋ ਰੂਟਾਂ ਨਾਲ ਵਖਾਣਾ ਚਾਹੁੰਦਾ ਸੀ ਆਪਣੇ ਦੋਸਤਾਂ ਨਾਲ ਲੇਕਿਨ ਕਾਫੀ ਦੋਸਤ ਦੋਸਤਾਂ ਨੇ ਮਾਈਂਡ ਵੀ ਕੀਤਾ ਕਿ ਯਾਰ ਇਹ ਸ਼ਬੀਰ ਭਾਈ ਪਹਿਲੇ ਤੇ ਲੱਗੀ ਹੋਈ ਸੀ ਠੀਕ ਹੋ ਗਿਆ ਜੀ ਮੰਨ ਲਿਆ ਇਹ ਜਦੋਂ ਪਹਿਲੇ ਲੱਗਾ ਸੀ 1 ਸਾਲ ਛੱਡ ਕੇ ਇਹ ਸਾਲ ਛੱਡ ਕੇ ਅਗਲੇ ਸਾਲ ਦੀ ਆਖਰੀ ਪੱਟੀ ਤੇ 750 ਦੇ ਵਿੱਚ ਡਰਾ ਕਰਨਾ ਸੀ ਤੇ ਇਹ 74 08 ਦਾ ਪੰਗੂੜਾ ਲੱਗਿਆ 74 08 ਤਵੱਜੋ ਕਰਨੀ ਯਾਰ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਐ ਪੰਗੂੜਾ ਪਹਿਲੀ ਦਫਾ ਲੱਗਿਆ ਯਾਰ ਪੂਰਾ ਪੰਗੂੜਾ ਦੁਬਾਰਾ ਆ ਕੇ ਯਾਰ ਜਦੋਂ ਸੀ ਇਹ ਡਰਾਅ ਖੇੜਨਾ ਸੀ ਇੱਕ ਦੋ ਸਾਲ ਬਾਅਦ ਐ ਸਾਲ ਛੱਡ ਕੇ ਅਗਲੇ ਸਾਲ ਦੀ ਆਖਰੀ ਪੱਟੀ 750 ਬੌਂਡ ਦੇ ਵਿੱਚ ਅਸੀਂ ਡਰਾਅ ਕਰਨਾ ਸੀ ਤੇ ਪੰਗੂੜਾ ਕੀ ਸੀ ਯਾਰ 9827 ਦਾ ਕੱਲਾ ਬਖਾਵਾਂਗਾ ਯਾਰ ਐ ਲੱਗਿਆ ਯਾਰ ਅੱਜ ਅਸੀਂ ਇਹ ਸਾਲ ਛੱਡ ਕੇ ਅਗਲੇ ਸਾਲ ਦੀ ਆਖਰੀ ਪੱਟੀ ਫੈਸਲਾਬਾ ਸ਼ਹਿਰ ਕਰ ਰਾਏ ਇੱਥੇ ਸੀ ਡਰਾ ਕਰਨਾ ਤਵੱਜਹ ਕਰਨੀ ਹੁਣ ਮੇਰੇ ਦੋਸਤਾਂ ਨੇ ਮੇਰੇ ਭਾਈਆਂ ਨੇ ਤਵੱਜਹ ਕਰਨੀ ਹੈ ਜਦੋਂ ਯਾਰ ਅਸੀਂ ਇਹ ਡਰਾ 74 ਵਾਲਾ ਖੇਡਣਾ ਸੀ ਐ ਦੂਸਰੀ ਪੱਟੀ ਤੇ ਕੀ ਆਕੜਾ ਪਿਆ ਸੀ ਬ੍ਰੋਕਰ ਆਕੜਾ 80 ਦਾ 80 ਪਲਟ ਕੇ 08 ਬਣੀ ਯਾਰ ਐ 08 ਦਾ ਬੈਕ ਆਕੜਾ ਲੱਗਿਆ ਯਾਰ ਇਹ ਬੈਕ ਆਕੜਾ ਬਣਿਆ 80 ਪਲਟ ਕੇ ਦੂਸਰੀ ਪੱਟੀ ਦੇ 80 ਬ੍ਰੋਕਰ ਪਲਟ ਕੇ ਬੈਕ ਆਕੜਾ 080 ਬਣੇ ਦੁਬਾਰਾ ਯਾਰ ਜਦੋਂ ਅਸੀਂ ਐਡ ਰੱਖਿਆ ਨਾ ਸੀ ਇਹ 72 ਪਲਟ ਕੇ 27 ਬਣੀ ਯਾਰ ਚਲੋ ਰੂਟ ਨੂੰ ਛੋੜ ਦਿਓ ਤੁਸੀਂ ਐਸ ਰੂਟ ਨੂੰ ਫੜੋ ਕਿਉਂਕਿ ਉਹ ਕਿਸੇ ਦਾ ਸੀ ਹੈ ਆਪਣੇ ਉਹ ਵੀ ਆਪਣਾ ਸੀ ਲੇਕਿਨ ਠੀਕ ਹੈ ਕਿਸੇ ਨੇ ਪਹਿਲੇ ਵੀਡੀਓ ਲਾਤੀ ਕਿਉਂਕਿ ਹਰ ਬੰਦਾ ਯਾਰ بڑے ਬੰਦੇ ਨੇ ਚੈਨਲ ਬਣਾਏ ਹੋਏ ਨੇ ਤੁਹਾਨੂੰ ਪਤਾ ਹੀ ਹੈ ਅੱਜ ਹੀ ਯਾਰ ਇਸ ਕ੍ਰਿਸ਼ਨ ਚ ਆ ਗਿਆ ਕਿ ਇਹ ਹੀ ਆਕੜਾ ਪਲਟ ਕੇ ਨਾ 2 ਸਾਲ ਬਾਅਦ ਅਸੀਂ ਖੇਡਣਾ ਤੇ ਕਹਿੰਦਾ ਕਿ ਇਹੀ ਆਕੜਾ ਪਲਟ ਕੇ ਮੈਂ ਬੈਕ ਲਾਣਾ ਹੈ। ਤਵੱਜੂ ਕਰਨੀ ਇਹ 14 ਦੇ ਵਾਲੇ ਨਾਲ ਅਸੀਂ ਛੋੜ ਦਿੱਤੇ ਐ 7007 ਹੋਇਆ। ਫਿਰ ਇਹ ਜਿਹੜਾ 727 ਹੋਇਆ ਅੱਜ ਕਹਿੰਦੇ ਅਸੀਂ ਇਹ ਰੂਟ ਛੋੜ ਦਿੱਤਾ ਹੈ। ਅਸੀਂ ਇਸ ਰੂਟ ਤੇ ਆ ਜੰਨੇ ਕਿ ਯਾਰ ਐਸ ਸੀ ਸੀ ਅਸੀਂ ਪਲਟ ਕੇ ਇੱਥੇ ਕਿਉਂ ਲੱਗੇ ਯਾਰ। ਐਮਕ 74 ਵੀ ਵਖਾਣਾ ਆਪਣੇ ਦੋਸਤਾਂ ਨੂੰ। ਦੁਬਾਰਾ ਯਾਰ ਜਦੋਂ ਇਹ ਨੇਹਲਾ ਲੱਗਿਆ ਛੇਟਾ ਫਿੰਗਰ ਇਹੀ ক্লোਜ਼ ਇਹੀ ਓਪਨ ਥੱਲੇ ਕਾ ਫੈਮਿਲੀ ਦਾ ਅਕੜਾ ਐਸ ਸਾਲ ਛੋੜ ਕੇ ਅਗਲੇ ਸਾਲ ਦੀ ਆਖਰੀ ਪੱਟੀ ਤੇ ਐ 27 72 ਪਲਟ ਕੇ 27 ਲੱਗਾ ਯਾਰ ਅੱਜ ਫਿਰ ਯਾਰ ਨਾ 2 ਸਾਲ ਛੱਡ ਕੇ ਅਸੀਂ ਇੱਥੇ ਡਰਾ ਕਰਨਾ ਹੈ ਕਹਿੰਦਾ ਕਿ ਐ ਪਲਟ ਕਿਥੇ 68 ਦਾ ਬੈਕ ਅਕੜਾ ਲਾ ਦੇ ਸਿੰਗਲ ਬੈਕ ਅਕੜਾ ਯਾਰ 68 ਦਾ ਐ ਮੇਰਾ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਰੂਟ ਮੈਂ ਲਾਇਆ ਹੈ ਕਿਉਂਕਿ ਉਹਨਾਂ ਦਾ ਮੈਨੂੰ ਇਲਮ ਨਹੀਂ ਸੀ ਉਹ ਸਾਨ ਸਾਨ ਰੂਟ ਤਾਂ ਹਰ ਬੰਦਾ ਹੀ ਲੱਭ ਲੈਂਦਾ ਹੈ ਲੇਕਿਨ ਮੈਂ ਇਹ ਮੇਰੀ ਮਿਹਨਤ ਮੇਰੀ ਕੋਸ਼ਿਸ਼ ਅਜੇ ਦੀ ਨਹੀਂ ਹੈਗੀ ਐ ਮੈਂ ਪਹਿਲੇ ਜੋ ਰੂਟ ਜਿੱਥੇ ਜਿੱਥੇ ਜਿਵੇਂ ਜਿਵੇਂ ਲੱਗਨੇ ਨਾ ਮੈਂ ਰੁਟੀਨਾ ਲਿਖੀ ਹੁੰਦੀ ਆ ਨੇ ਤੇ ਮੈਂ ਬਣਾ ਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਉਹ ਰੂਟ ਵੀ ਮੇਰੇ ਕੋਲ ਚੌਕੇ ਦੇ ਵਾਲੇ ਨਾਲ 2-3 ਮਹੀਨੇ ਪਹਿਲੇ ਦਾ ਮੈਂ ਬੈਕ ਅਕੜਾ ਲਿਖਿਆ ਸੀ ਇੱਥੇ ਰੂਟ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਤੇ ਗੈਬ ਦਿਲ ਮੱਲਾ ਦੀ ਜ਼ਾਤ ਕੋਲੇ ਯਾਰ ਇੱਕ ਕੋਸ਼ਿਸ਼ ਹੈ ਰਸਰਚ ਹੈ ਮਿਹਨਤ ਹੈ ਜਿਹੜੀ ਕਰਕੇ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖਣਾ ਐ ਲੱਗੇ ਯਾਰ ਐ ਸਾਲ ਐ ਸਾਲ ਛੋੜ ਕੇ ਐ ਸਾਲ ਅਸੀਂ ਡਰਾ ਕਰਨਾ ਸੀ ਹੁਣ ਤੋਂ ਵਜੋ ਕਰਨੀ ਮੇਰੇ ਦੋਸਤਾਂ ਨੇ ਇਹ ক্লোਜ਼ ਕੀ ਪਿਆ ਯਾਰ 74 ਦੇ ਨਾਲ 4 ਦਾ ਇਹ ਕੱਲਾ ਹੀ ক্লোਜ਼ ਲੱਗਣਾ ਸੀ ਯਾਰ ਇਹ ਲੱਗ ਜਾਂਦਾ ਜਦੋਂ ਇਹ ਸਾਲ ਅਸੀਂ ਛੋੜਨਾ ਹੈ ਨਾ ਅਗਲੇ ਸਾਲ 1500 ਬੌਂਡ ਦੀ ਤੀਸਰੀ ਪੱਟੀ ਦਾ ক্লোਜ਼ ਇੱਥੇ ਆ ਕੇ ਲੱਗਣਾ ਸੀ ਯਾਰ ਤੇ ਲੱਗਿਆ ਐਂ ਦੇ ਕਰਾਸ ਦੇ ਵਿੱਚ ਇਹ ক্লোਜ਼ ਲੱਗ ਜਾਂਦਾ ਹੈ 4 ਦਾ ਦੁਬਾਰਾ ਆ ਕੇ ਜਦੋਂ ਇਹ ਐਂਗਲ ਬਣਿਆ ਇਹ 9 ਕਰਾਸ ਕਰ ਗਿਆ ਤਿੰਨ ਤਿੰਨ ਸਾਈਡਾਂ ਤੇ ਇਸ ਸਾਲ ਛੋੜ ਕੇ ਅਗਲੇ ਸਾਲ ਦੀ ਤੀਸਰੀ ਪੱਟੀ ਤੇ ক্লোਜ਼ ਕੀ ਪਿਆ ਯਾਰ ਅੱਠਾ ਇਹ ਹੀ ক্লোਜ਼ ਲੱਗਣਾ ਸੀ ਯਾਰ ਇਹ ਲੱਗ ਜਾਂਦਾ ਅੱਜ ਯਾਰ ਅਸੀਂ ਖੇਡਨੇ ਐ ਇਸ ਸਾਲ ਦੀ ਤੀਸਰੀ ਪੱਟੀ ਤੇ ক্লোਜ਼ ਕੀ ਪਿਆ ਇਹ ਹੀ ਕਰਾਸ ਮਾਰਨਾ ਹੈ ਨਾ ਅਸੀਂ ਤੀਸਰੀ ਪੱਟੀ ਦਾ ਚੌਕਾ ਫਿਰ ਇਹ 88 ਅੱਠਾ ਹੀ ਕਰਾਸ ਤੇ ਲੱਗਿਆ ਅੱਜ ਇਹ ਤੀਕਾ ਪਿਆ ਸਾਡੇ ਕੋਲੇ ਕਹਿੰਦਾ ਕਿ ਸਿੰਗਲ ਇੱਥੇ ক্লোਜ਼ ਲਾ ਦੇ ਤਿੰਨ ਨੰਬਰ ਦਾ ਤਵੱਜੋ ਕਰਨੀ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਓਪਨ ਵੀ ਵਿਖਾਵਾਂਗਾ ਮੈਂ ਇਹ ਸਾਡਾ ਕਲੋਜ਼ ਏ ਤਿੰਨ ਨੰਬਰ ਕਲੋਜ਼ ਏ ਕਹਿੰਦਾ ਕਿ ਕੱਲਾ ਕਲੋਜ਼ ਲਾ 68 ਦੀ ਬੈਕ ਦੇ ਨਾਲ ਇਹ ਯਾਰ ਸਾਡਾ ਕਲੋਜ਼ ਹੈਗਾ ਸੀ ਤੇ ਇਹ ਪੰਜਵਾਂ ਫਿੰਗਰ ਕੀ ਸਾਤੇ ਸਾਡਾ ਓਪਨ ਹੈਗਾ ਸੀ ਇਹ ਸੀ ਓਪਨ ਲਾਣਾ ਸੀ ਇਹ ਕਲੋਜ਼ ਲਾਣਾ ਸੀ ਕਰਾਸ ਦੇ ਵਿੱਚ ਆਕੜਾ ਕੀ ਬੰਦਾ ਸੀ 74 ਦਾ ਆ ਲੱਗ ਜਾਂਦਾ ਯਾਰ 74 ਦਾ ਆਕੜਾ ਉਤਲੀ ਬੈਕ ਨੇ ਪਲਟ ਕੇ ਥੱਲੇ ਲਗਣਾ ਸੀ 08 ਤੇ ਇਹ ਸਾਡੇ ਕੋਲ ক্লোਜ਼ ਸੀ ਤੇ ਇਹ ਸਾਡੇ ਕੋਲ ਓਪਨ ਸੀ ਪੰਜਵਾਂ ਫਿੰਗਰ ਇਹ ক্লোਜ਼ ক্লোਜ਼ ਹੀ ਜਾਣਾ ਸੀ ਇਹ ਪੰਜਵਾਂ ਫਿੰਗਰ ਸਾਡੇ ਕੋਲ ਓਪਨ ਸੀ ਇਹ ਸਿੱਧਾ 74 ਦਾ ਆਕੜਾ 7408 ਦੀ ਪੀਸੀ ਲੱਗ ਜਾਂਦੀ ਪਹਿਲੀ ਦਫਾ ਫਿਰ ਆ ਕੇ ਯਾਰ ਇਹ ਨੋ ਲੱਗਿਆ ਇਹ ਨੋ ਅੱਗੇ ਨੋ ਫਿਰ ਨੋ ਫਿਰ ਕਰਾਸ ਦੇ ਵਿੱਚ ਅਸੀਂ ਆਵਾਂਗੇ ਆ ਕਿ ਦੋ ਸਾਲ ਇੱਕ ਸਾਲ ਛੋੜ ਕੇ ਅਗਲੇ ਸਾਲ ਇਹ ਸਾਡਾ ক্লোਜ਼ ਹੈਗਾ ਸੀ ਯਾਰ ਜਿਹੜਾ ਅਸੀਂ ਲਾ ਦਿੱਤਾ ਹੈ ਇਸ ਤੋਂ ਬਾਅਦ ਇਹ ਨੀਲਾ ਪਿਆ ਸੀ ਇਹ ਨੀਲਾ ਸਾਡਾ ਓਪਨ ਸੀ ਅੱਧ ਦੇ ਕਲੋਜ਼ ਨਾਲ ਨੀਲਾ ਓਪਨ ਲੱਗਣਾ ਸੀ 98 ਦਾ ਆਕੜਾ ਸਿੰਗਲ ਹੈਗਾ ਸੀ ਯਾਰ ਤੇ 27 ਦੇ ਉੱਤੇ ਬੈਕ ਪੇ 72 ਪਿਆ ਸੀ 72 ਨੇ 27 ਹੋਣਾ ਸੀ 98 ਦਾ ਪੀਸੀ ਇਹ 98 27 ਦੀ ਪੀਸੀ ਲੱਗ ਜਾਂਦੀ ਅੱਜ ਯਾਰ ਫਿਰ ਪੰਜਵਾਂ ਫਿੰਗਰ ਵੇਖ ਲਓ ਕਿ ਪੰਜਵਾਂ ਫਿੰਗਰ 4 ਪਿਆ ਹੈ ਪੰਘੂੜਾ ਕੀ ਬਣਦਾ ਯਾਰ ਇਹ ਸਾਡਾ ਓਪਨ ਹੈ ਇਹ ਸਾਡਾ ਓਪਨ ਹੈ ਇਹ ਸਾਡਾ ਕਲੋਜ਼ ਹੈ ਇਹ ਕੀ ਬਣੇਗਾ ਆਕੜਾ 43 ਦਾ 43 68 ਦੇ ਪੀਸੀ ਯਾਰ ਕਿਸੇ ਦੋਸਤ ਦੀ ਸਮਝ ਆ ਜਾਵੇ ਤੈਨੂੰ ਪਲੇ ਕਰਨਾ ਹੈ ਆਦਰਵਾਇਸ ਇਗਨੋਰ ਕਰ ਦੇਣਾ ਛੋੜ ਦੇਣਾ ਯਾਰ ਕੋਈ ਵੀ ਕਿਸੇ ਦੀ ਨਕਲ ਨਹੀਂ ਕਰਦਾ ਹੋ ਸਕਦਾ ਹੈ ਕਿ ਮੇਰੇ ਬਿਲਕੁਲ ਮੈਂ ਮੰਨਦਾ ਕਿ ਮੇਰੇ ਤੋਂ ਪਹਿਲੇ ਵੀਡੀਓ ਲੱਗੀ ਹੋਏਗੀ ਲੱਗੀ ਹੈ ਤਾਂ ਮੇਰੇ ਦੋਸਤ ਨੇ ਮੇਰੇ ਭਾਈ ਨੇ ਮੈਨੂੰ ਫੋਨ ਕੀਤਾ ਨਾ ਕਿ ਸ਼ਵੀਰ ਭਾਈ ਇਹ ਨਾ ਇੱਕ ਦਿਨ ਪਹਿਲੇ ਤੇਰੇ ਤੋਂ ਲੱਗੀ ਹੋਈ ਵੀਡੀਓ ਮੈਲਸ ਦੋਸਤ ਜਿਨੇ ਲਾਈਏ ਮੈਂ ਉਹਨਦੇ ਕੋਲ ਵੀ ਮਾਫਰਤ ਕਰਨਾ ਜੋ ਦੋਸਤ ਮੇਰੇ ਫੈਨ ਨੇ ਮੇਰੇ ਦੋਸਤ ਨੇ ਮੇਰੇ ਸਜਣ ਨੇ ਮੇਰੀ ਵੀਡੀਓ ਵੇਖਦੇ ਨੇ ਉਹਨਾਂ ਤੋਂ ਵੀ ਮਾਫਰਤ ਕਰਨਾ ਕਿਉਂਕਿ ਯਾਰੋ ਪਹਿਲੇ ਲਾਈ ਸੀ ਮੈਂ ਕਿਸੇ ਦੀ ਵੀਡੀਓ ਨਹੀਂ ਵੇਖਦਾ ਮੈਂ ਆਪਣੀ ਰਿਸਰਚ ਕਰਕੇ ਆਪਣੀ ਮਿਹਨਤ ਕਰਕੇ ਆਪਣੇ ਵੀਰਿਆਂ ਦੇ ਸਾਹਮਣੇ ਰੱਖਣਾ ਇਹ 43 ਦਾ ਆਕੜਾ ਹੈ ਸਿੰਗਲ ਬੈਕ ਆਕੜਾ ਹੈ ਯਾਰ ਤੇ ਪੀਸੀ ਕੀ ਬਣੇਗਾ ਯਾਰ ਇਹ ਸੂਬਾ ਅੱਜ ਅੱਜ ਲੱਗੀ ਨਾ ਸਵੇਰ ਮਿਲਣੀ ਕੋ ਨਹੀਂ ਜੇ ਇਹ ਗੱਲ ਯਾਦ ਰੱਖ ਲੋ ਬੜੇ ਦੋਸਤ ਹੈਗੇ ਨੇ ਜਿਹੜੇ ਕਿ S18 ਦੇ ਨਾਲ ਆਕੜਾ ਲੱਭਦੇ ਫਿਰਦੇ ਸੀ ਨਾਲ ਕੀ ਲੱਗਣੇ ਅਸੀਂ ਆਪਣੇ ਰੂਟ ਨਾਲ ਵਿਖਾਤਾ ਯਾਰ ਕਿ 43 ਛੜ ਦਾ ਸਿੰਗਲ ਪੰਗੂੜਾ ਯਾਰ ਰੂਟ ਦੇ ਮੁਤਾਬਕ ਉਹ ਲੱਗਦਾ ਆ ਰਿਹਾ ਹੈ ਗਾਇਬ ਦਿਲਮਤullah ਦੀ ਜ਼ਾਤ ਕੋ ਲੈਣਾ ਅਸੀਂ ਤਾਂ ਕੋਸ਼ਿਸ਼ ਕਰਨੀ ਹੈ ਰਿਸਰਚ ਕਰਨੀ ਮਿਹਨਤ ਕਰਨੀ ਹੈ ਔਰ ਬਹੁਤ بڑے ਐਂਗਲ ਦੇ ਨਾਲ ਹੈਗਾ ਜੇ ਇਹ ਛੋਟਾ ਜਿਹਾ ਨਹੀਂ ਦਾ ਕਿਉਂਕਿ ਇਹਨੇ ਜਿਹੜੀ ਚੀਜ਼ ਵੀ ਮੰਗੀ ਨਾ ਇਹਨੇ ਆਪਣੀ ਜਗ੍ਹਾ ਤੇ ਖੜੀ ਕਰ ਰਹੀ ਹੈ ਐ ਨਾ ਅੱਗੇ ক্লোਜ਼ ਗਿਆ ਇਹ ਹੀ ਅੱਗੇ ਜਾ ਕੇ ਓਪਨ ਲੱਗਿਆ ਐਸ ਸਾਲ ਛੋੜ ਤੇ ਅਗਲੇ ਸਾਲ ਤੇ ਤੀਸਰੀ ਪੱਟੀ 1500 ਬੌਂਡ ਦਾ ਕਲੋਜ਼ ਸਿੱਧਾ ਕਲੋਜ਼ ਲੱਗਣਾ ਸੀ ਇਹ ਪੰਜਵਾਂ ਫਿੰਗਰ ਸਾਡੇ ਕੋਲ ਓਪਨ ਸੀ ਇਹ ਸਿੱਧਾ ਓਪਨ ਨਹੀਂ ਲੱਗਣਾ ਸੀ ਇਹ ਉੱਤੇ 80 ਪਿਆਸ 80 ਪਲਟ ਕੇ 08 ਲੱਗਣਾ ਸੀ ਤੇ ਐ 7408 ਦਾ ਪੰਗੂੜਾ ਪਹਿਲੀ ਦਫਾ ਦੁਬਾਰਾ ਯਾਰ ਜਦੋਂ ਆ ਕੇ ਇਹ ਲੱਗਿਆ ਨਹਿਲਾ ਅੱਗੇ ਨੈ ਲਇ ਇਹੀ ਕਲੋਜ਼ ਗਿਆ ਅੱਗੇ ਹੀ ਓਪਨ ਲੱਗਿਆ ਇਸ ਸਾਲ ਛੋੜ ਕੇ ਅਗਲੇ ਸਾਲ ਦਾ ਸੀ ਤੀਸਰੀ ਪੱਟੀ 1500 ਪਾਉਂਡ ਦਾ ਕਲੋਜ਼ ਲੈਣਾ ਤੇ ਪੰਜਵਾਂ ਫਿੰਗਰ ਓਪਨ ਹੈ ਸਾਡਾ ਇਹ ਸਾਡਾ ਕਲੋਜ਼ ਹੀ ਹੈ ਇਹ 98 ਦਾ ਆਕੜਾ ਬਣੇਗਾ ਤੇ ਇਹ ਲੱਗਿਆ ਕਿ ਉੱਤੇ ਬੈਕ ਪਈ ਸੀ 72 ਦੀ ਇਹੀ ਪਲਟ ਕੇ ਸਤਾਈ ਬਣੀ ਅੱਜ ਯਾਰ ਨਾ ਇਸੇ ਤਰੀਕੇ ਨਾਲ ਹੀ ਇਸ ਸਾਲ ਛੋੜ ਕੇ ਤੀਸਰੀ ਪੱਟੀ ਤੇ ਕਲੋਜ਼ ਕੀ ਇਹ ਕਲੋਜ਼ ਹੀ ਲੱਗੇ ਇਹ ਪੰਜਵਾਂ ਫਿੰਗਰ ਚਾਰ ਹੈ ਕਹਿੰਦਾ ਕੱਲਾ 43 ਦਾ ਆਕੜਾ ਕੱਲਾ 43 ਦਾ ਆਕੜਾ 68 ਦੀ ਬੈਕ ਇੱਕੋ ਪੀਸੀ ਯਾਰ اگر میرے دوستاں نو میری محنت اچھی لگی ہے نا پسند آئی ہے تے کمنٹ وی کرنا ہے لائک وی کرنا ہے سارے دوستاں نے اور کمنٹ کر کے اگلی اے معذرت میں ویڈیو چ کر رہا کہ یار جڑے دوست نے پہلے لائیے ان دے کولو بھی معذرت ہے میرے جڑے فین نے میرے دوست نے انہاں تو بھی معذرت ہے یار کہ میں او چوک جڑا 40000 باؤنڈ دے وچ پہلی پٹی تے چار دا کلوز لگدا اس او ویڈیو پہلے لگی ہوئی سی کیونکہ میرے دوست نے کہے او نے ویکھی تے مینوں کہے فون کریا نا کہ شبیر بھائی یہ ویڈیو پہلے لگی سی لیکن اے چیز تھونو نظر نیٹ تے نہیں آئے گی ਆ ਤੁਹਾਡੇ ਭਾਈ ਨੇ ਨਹੀਂ ਬਣਾਈਏ ਤਾਂ ਤੁਹਾਡੇ ਭਾਈ ਨੇ ਤੁਹਾਡੇ ਸਾਹਮਣੇ ਰੱਖੀਏ ਤੇ ਮੇਰੀ ਦੁਆਏ ਕਿ ਯਾਰ ਅੱਲਾ ਪਾਕ ਜੀ ਹਰ ਕਿਸੇ ਦਾ ਇਸ ਦੇ ਵਿੱਚੋਂ ਨਾਮ ਲੱਗਣਾ ਚਾਹੀਦਾ ਹੈ ਯਾਰ ਵੀਡੀਓ ਵਿੱਚੋਂ ਲੱਗੇ ਜਾਂ ਆਪਣੇ ਆਦੀ ਗੇਮ ਚ ਲੱਗੇ ਲੇਕਿਨ ਹਰ ਕਿਸੇ ਦਾ ਭਲਾ ਹੋਣਾ ਚਾਹੀਦਾ ਹੈ ਨੁਕਸਾਨ ਨਹੀਂ ਹੋਣਾ ਚਾਹੀਦਾ ਇਨਸ਼ਾ ਅੱਲਾ ਆਪਣੀ ਪੂਰੀ ਰਿਸਰਚ ਪੂਰੀ ਮਿਹਨਤ ਆਪਣੇ ਦੋਸਤਾਂ ਦੇ ਸਾਹਮਣੇ ਰੱਖਾਂਗੇ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਫਿਜ਼